ਅਪਰਾਧੀ ਚਾਹੇ ਕਿੰਨਾ ਵੀ ਸ਼ਾਤਿਰ ਕਿਉਂ ਨਾ ਹੋਵੇ ਪਰ ਕਾਨੂੰਨ ਦੇ ਪੰਜੇ ਦੀ ਗ੍ਰਿਫਤ ਤੋਂ ਬਚ ਨਹੀਂ ਸਕਦਾ। ਤਾਜ਼ੇ ਮਾਮਲੇ ਦੇ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਦੇ ਵੱਲੋਂ ਲੁਟੇਰੇ ਨੂੰ ਬੇਨਕਾਬ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਵਾਰ ਪੁਲਿਸ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲੁੱਟ ਦੀਆਂ ਵੱਡੀਆਂ ਵਾਰਦਾਤਾਂ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪਿਛਲੇ ਦਿਨੀ ਫਰੀਦਕੋਟ ਦੇ ਕੋਟਕਪੁਰਾ ਦੇ ਵਿੱਚ ਕਿਸਾਨਾਂ ਤੋਂ ਹੋਈ 9.5 ਲੱਖ ਦੀ ਲੁੱਟ ਦੇ ਨਾਲ ਨਾਲ ਫਰੀਦਕੋਟ ਜ਼ਿਲ੍ਹੇ ਦੇ ਵਿੱਚ 4 ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਸ਼ਾਤਿਰ ਲੁਟੇਰਿਆਂ ਦੇ ਗੈਂਗ ਨੂੰ ਫਰੀਦਕੋਟ ਪੁਲਿਸ ਨੇ ਕਾਬੂ ਕੀਤਾ ਹੈ ਅਤੇ ਇਹਨਾਂ ਦੇ ਕੋਲੋਂ ਨਗਦ 50,000 ਰੁਪਏ ਦੇ ਨਾਲ ਨਾਲ ਇੱਕ ਪਿਸਟਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਇਸ ਦੇ ਨਾਲ ਹੀ ਲੁੱਟ ਦੇ ਪੈਸਿਆਂ ਦੇ ਨਾਲ ਖਰੀਦੀ ਗਈ ਗੱਡੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਇਸ ਗੈਂਗ ਦੇ ਉੱਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ 12 ਤੋਂ ਵੱਧ ਮੁਕੱਦਮੇ ਵੀ ਦਰਜ ਨੇ। ਇਹ ਪਿਛਲੇ 2-2.5 ਮਹੀਨੇ ਸੇ 4 ਵਾਰਦਾਤੇ ਹਮਾਰੇ ਫਰੀਦਕੋਟ ਜ਼ਿਲ੍ਹੇ ਮੇ ਹੋਈ ਔਰ ਬਾਕੀ ਜ਼ਿਲ੍ਹੋ ਮੇ ਅਲੱਗ ਅਲੱਗ ਟਾਈਮ ਪੇ ਉਹਨੇ ਵਾਰਦਾਤੇ ਕਰੀ ਹੈ, ਜਿਸਮੇ ਟੋਟਲ 12 ਵਾਰਦਾਤੇ ਪੂਰੇ ਪੰਜਾਬ ਮੇ ਕਰੀ ਹੈ। ਉਸਮੇ ਸੇ 3 ਬੰਦੇ ਹਮਨੇ ਪਕੜ ਲੀਏ, ਇੱਕ ਕਾ ਨਾਮ ਕੀਪਾ ਹੈ, ਇੱਕ ਗੁਰਵਿੰਦਰ ਉਰਫ ਮੋਟਾ ਹੈ ਔਰ ਤੀਸਰਾ ਕੁਲਦੀਪ ਕੀਪਾ ਹੈ। ਇਨਕਾ ਚੌਥਾ ਸਾਥੀ ਜੋ ਜਗਸੀਰ ਸੀਰਾ ਹੈ ਉਹ ਵੀ ਪਕੜਨਾ ਬਾਕੀ ਹੈ, ਉਸਕੇ ਲੀਏ ਰੇਡਸ ਕੀ ਜਾ ਰਹੇ। ਇਨਸੇ ਕਰੋਲਾ ਗਾੜੀ ਮਿਲੀ ਹੈ ਜੋ ਮੋਸਟ ਪ੍ਰੋਬਬਲੀ ਇਹਨੇ ਸਨੈਚ ਕਰੀ ਥੀ ਮੁੱਲਾਪੁਰ ਸੇ, ਬਟ ਇਟ ਇਜ਼ ਯੇਟ ਟੂ ਬੀ ਕਨਫਰਮ ਕਿ ਇਹ ਵਹੀ ਗਾੜੀ ਹੈ। ਇੱਕ ਵੈਪਨ ਆਫ ਅਫੈਂਸ ਮਿਲਾ ਔਰ ਸਾਥ ਮੇਂ ਕੈਸ਼ ਮਿਲਾ 50,000। ਸਰ ਟੋਟਲ ਇਨ ਪਰ ਕਿਤਨੇ ਵਾਰਦਾਤੇ? ਟੋਟਲ ਇਨ ਪੇ 12 FIRs ਦਰਜ ਹੈ ਸਾਰੇ ਪੰਜਾਬ ਮੇਂ, ਜਿਸ ਮੇਂ ਸੇ 4 ਫਰੀਦਕੋਟ ਮੇਂ ਦਰਜ ਹੈ। ਤੋ ਇਸ ਗੈਂਗ ਕੇ ਕਿਤਨੇ ਲੋਕ ਪਕੜੇ ਗਏ? ਇਨਕੇ 3 ਪਕੜੇ ਗਏ, ਜੋ ਟੋਟਲ ਮੈਂਬਰਸ ਇਨਕੇ ਵੋ 4 ਹੈ, ਇੱਕ ਬੰਦਾ ਵੀ ਸਕਾਉਂਡਿੰਗ ਹੈ, ਉਸਕੋ ਪਕੜਨਾ ਬਾਕੀ। ਸਰ ਜਿਹੜਾ ਅਸਲਾ ਫੜਿਆ ਨਜਾਇਜ਼ ਨਹੀਂ, ਇਹ ਦੇਸੀ ਕੱਟਾ ਨਜਾਇਜ਼ ਅਸਲਾ ਇਨਕੇ ਪਾਸ ਜੋ ਰਿਕਵਰ ਹੋਇਆ। ਸਰ ਟੋਟਲ ਅਮਾਊਂਟ ਅਭੀ ਤੱਕ ਕਿਤਨੀ ਰਿਕਵਰ? ਅਭੀ ਤੱਕ 50,000 ਰਿਕਵਰ ਹੋਇਆ, ਕੈਸ਼ ਔਰ ਕਰੋਲਾ ਗਾੜੀ ਰਿਕਵਰ ਹੋਈ। ਤੋ ਸਰ ਇਹ ਬੈਂਕ ਕੇ ਬਾਹਰ ਹੀ ਲੋਕੋ ਕੋ ਨਿਸ਼ਾਨਾ ਬਣਾਤੇ ਥੇ? ਅਲੱਗ ਅਲੱਗ ਤਰੀਕੇ ਸੇ, ਕਭੀ ਬੈਂਕ ਕੇ ਬਾਹਰ, ਕਭੀ ਬੈਂਕ ਸੇ ਲੈ ਜਾਤੇ ਹੋਏ ਬੰਦੇ ਕੋ, ਜਹਾਂ ਪੇ ਇਨਕੋ ਦਿਖਤਾ ਥਾ ਕਿ ਸੁਨਸਾਨ ਏਰੀਆ ਹੈ, ਕੋਈ ਬੰਦਾ ਨਹੀਂ ਹੈ ਵਹਾਂ ਪੇ, ਵਹਾਂ ਪੇ ਇਹ ਟਾਰਗੇਟ ਕਰਤੇ ਥੇ ਉਸ ਬੰਦੇ ਕੋ। ਸਰ ਇਹਨੂੰ ਕੁਛ ਬਤਾਇਆ ਵੀ ਹੈ ਕੈਸੀ ਆਪਣੀ ਪਲੈਨਿੰਗ ਕਰਤੇ ਥੇ? ਵੋ ਅਭੀ ਇਨਵੈਸਟੀਗੇਸ਼ਨ ਬਾਕੀ ਹੈ, ਇੰਟਰੋਗੇਸ਼ਨ ਮੇਂ ਪਤਾ ਚਲੇਗਾ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।